ਤੁਹਾਡਾ ਕੋਈ ਬਿਜ਼ਨਸ ਹੈ ਫਰੀ ਆਫ ਕੋਸਟ ਤਾਂ ਤੁਹਾਨੂੰ ਵੀਜ਼ਾ ਮਿਲ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਮੈਂ ਇੰਦਰਜੀਤ ਸਿੰਘ, ਤੁਸੀਂ ਦੇਖ ਰਹੇ ਹੋ ਟੂਰਿਸਟਲ ਇੰਡੀਆ। ਸਾਡਾ ਅੱਜ ਦਾ ਵੀਡੀਓ ਦਾ ਸਬਜੈਕਟ ਹੈ, ਜੇਕਰ ਤੁਹਾਨੂੰ ਵੀ ਆਉਂਦਾ ਇਹ ਕੰਮ ਤਾਂ ਤੁਸੀਂ ਵੀ ਲੈ ਸਕਦੇ ਹੋ 100% ਵੀਜ਼ਾ। ਵੀਜ਼ਾ ਕਿਸੇ ਵੀ ਕੰਟਰੀ ਦਾ ਹੋ ਸਕਦਾ, ਮੈਂ ਗੱਲ ਕਰ ਰਿਹਾ ਖਾਸ ਕਰਕੇ ਟੂਰਿਸਟ ਵੀਜ਼ਾ ਬਾਰੇ। ਕਿਹੜਾ ਕੰਮ ਹੈ ਜਿਹੜਾ ਕਰਨ ਤੋਂ ਤੁਹਾਨੂੰ ਵੀਜ਼ਾ ਮਿਲ ਜਾਂਦਾ? ਉਹ ਕੰਮ ਹੈ ਤੁਹਾਡੀ ਪ੍ਰੋਫਾਈਲ। ਹਮੇਸ਼ਾ ਕੋਈ ਵੀ ਕੰਟਰੀ ਵੀਜ਼ਾ ਦੇਣ ਤੋਂ ਪਹਿਲਾਂ ਤੁਹਾਡੀ ਪ੍ਰੋਫਾਈਲ ਜ਼ਰੂਰ ਚੈੱਕ ਕਰਦਾ ਹੈ। ਸੋ ਜੇਕਰ ਤੁਹਾਡੀ ਪ੍ਰੋਫਾਈਲ ਢੰਗ ਦੀ ਬਣੀ ਹੋਈ ਹੈਗੀ ਹੈ ਤਾਂ ਤੁਹਾਨੂੰ ਵੀਜ਼ਾ ਮਿਲ ਜਾਂਦਾ ਹੈ। ਪ੍ਰੋਫਾਈਲ ਕੀ ਹੁੰਦੀ ਹੈ? ਪ੍ਰੋਫਾਈਲ ਹੁੰਦੀ ਹੈ ਤੁਹਾਡਾ ਕੰਮਕਾਰ। ਅੰਬੈਸੀ ਨੂੰ ਵੀਜ਼ਾ ਦੇਣ ਦੇ ਵਿੱਚ ਦਿੱਕਤ ਨਹੀਂ ਹੁੰਦੀ ਕਿਸੇ ਵੀ ਕੰਟਰੀ ਨੂੰ। ਈਵਨ ਕਿ ਹਰ ਕੰਟਰੀ ਚਾਹੁੰਦੀ ਹੈ ਕਿ ਆਪਦੇ ਟੂਰਿਜ਼ਮ ਨੂੰ ਪ੍ਰਮੋਟ ਕਰੇ, ਵੱਧ ਤੋਂ ਵੱਧ ਟੂਰਿਸਟ ਜਿੰਨੇ ਲੋਕ ਖਿੱਚ ਸਕਦੀ ਹੈ ਆਪਣੀ ਕੰਟਰੀ 'ਚ, ਕਿਉਂਕਿ ਟੂਰਿਜ਼ਮ ਨਾਲ ਹਰ ਕੰਟਰੀ ਦੀ ਇਕੋਨਮੀ ਦੇ ਵਿੱਚ ਜਿਹੜਾ ਹੈਗਾ ਉਹ ਵਾਧਾ ਹੁੰਦਾ ਹੈ। ਸੋ ਹਰ ਕੰਟਰੀ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਟੂਰਿਸਟ ਵੀਜ਼ਾ ਦਿੱਤੇ ਜਾਣ, ਪਰ ਉਹਨਾਂ ਨੇ ਟੂਰਿਸਟ ਵੀਜ਼ਾ ਦੇਣ ਵਾਸਤੇ ਕੁਛ ਸ਼ਰਤਾਂ ਰੱਖੀਆਂ ਹੁੰਦੀਆਂ ਨੇ। ਜਿਹੜਾ ਬੰਦਾ ਉਹ ਸ਼ਰਤਾਂ ਪੂਰੀਆਂ ਕਰ ਲੈਂਦਾ ਹੈ ਉਹਨੂੰ ਵੀਜ਼ਾ ਮਿਲ ਜਾਂਦਾ ਹੈ, ਅਤੇ ਜਿਹੜਾ ਬੰਦਾ ਸ਼ਰਤਾਂ ਪੂਰੀਆਂ ਨਹੀਂ ਕਰਦਾ ਉਹਨੂੰ ਵੀਜ਼ਾ ਨਹੀਂ ਮਿਲਦਾ। ਸੋ ਕਦੇ ਵੀ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਆਪਦੇ ਕਾਗਜ਼ਾਂ ਵੱਲ ਦੇਖੋ, ਆਪਦੀ ਪ੍ਰੋਫਾਈਲ ਵੱਲ ਦੇਖੋ, ਆਪਦੀ ਬੈਂਕ ਸਟੇਟਮੈਂਟ ਵੱਲ ਦੇਖੋ। ਪ੍ਰੋਫਾਈਲ ਦੇ ਵਿੱਚ ਕਈ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਖਾਸ ਕਰਕੇ ਅੰਬੈਸੀ ਕਿਸੇ ਇੱਕ ਚੀਜ਼ 'ਤੇ ਕਦੇ ਵੀ ਧਿਆਨ ਨਹੀਂ ਦਿੰਦੀ। ਤੁਹਾਡੇ ਪ੍ਰੋਫਾਈਲ ਦੇ ਕਈ ਪੱਖ ਹੁੰਦੇ ਨੇ, ਕਈ ਪਹਿਲੂ ਹੁੰਦੇ ਨੇ। ਸੋ ਕਈ ਵਾਰੀ ਕੀ ਹੁੰਦਾ ਕਿ ਅੰਬੈਸੀ ਬੈਂਕ ਸਟੇਟਮੈਂਟ ਦੇਖ ਕੇ ਵੀਜ਼ਾ ਦੇ ਦਿੰਦੀ ਹੈ, ਅਤੇ ਕਈ ਵਾਰੀ ਟਰੈਵਲ ਹਿਸਟਰੀ ਦੇਖ ਕੇ ਵੀਜ਼ਾ ਦੇ ਦਿੰਦੀ ਹੈ, ਕਈ ਵਾਰੀ ਤੁਹਾਡੀ ITR ਦੇਖ ਕੇ ਵੀਜ਼ਾ ਦੇ ਦਿੰਦੀ ਹੈ, ਅਤੇ ਕਈ ਵਾਰੀ ਤੁਹਾਡੀ ਏਜ ਫੈਕਟਰ ਨਾਲ ਵੀ ਤੁਹਾਨੂੰ ਵੀਜ਼ਾ ਜਿਹੜਾ ਹੈਗਾ ਮਿਲ ਜਾਂਦਾ ਹੈ। ਸੋ ਜਿਵੇਂ ਦੀ ਤੁਹਾਡੀ ਪ੍ਰੋਫਾਈਲ ਹੈ, ਜਿਵੇਂ ਦੀ ਤੁਹਾਡੀ ਏਜ ਹੈ, ਜਿਸ ਤਰ੍ਹਾਂ ਦੇ ਤੁਹਾਡੇ ਸਰਕਮਸਟਾਂਸਿਸ ਨੇ, ਉਸ ਤਰ੍ਹਾਂ ਦੀ ਤੁਹਾਡੀ ਪ੍ਰੋਫਾਈਲ ਜਿਹੜੀ ਹੈਗੀ ਹੈ ਉਹ ਹੋਣੀ ਚਾਹੀਦੀ ਹੈ। ਸਭ ਤੋਂ ਪਹਿਲਾਂ ਤੁਹਾਡੇ ਕੋਲ ਇੰਪਲਾਈਮੈਂਟ ਹੋਣਾ ਜ਼ਰੂਰੀ ਹੈ। ਜੇਕਰ ਤੁਹਾਡੀ ਉਮਰ 50 ਸਾਲ ਤੋਂ ਘੱਟ ਹੈ ਤਾਂ ਤੁਹਾਡੇ ਕੋਲ ਇੰਪਲਾਈਮੈਂਟ ਹੋਣਾ ਜ਼ਰੂਰੀ ਹੈ। ਕੋਈ ਵੀ ਇੰਪਲਾਈਮੈਂਟ ਹੋ ਸਕਦਾ, ਕਿਸੇ ਤਰ੍ਹਾਂ ਦਾ ਵੀ ਹੋ ਸਕਦਾ ਹੈਗਾ। ਤੁਸੀਂ ਬਿਜ਼ਨਸ ਕਰਦੇ ਵੀ ਹੋ ਸਕਦੇ ਹੋ, ਤੁਸੀਂ ਜੋਬ ਕਰਦੇ ਵੀ ਹੋ ਸਕਦੇ ਹੋ, ਤੁਸੀਂ ਆਊਟ ਆਫ ਕੰਟਰੀ ਕਿਸੇ ਛੋਟੀ ਕੰਟਰੀ 'ਚ ਕੰਮ ਕਰਦੇ ਹੋ ਸਕਦੇ ਹੋ, ਜਾਂ ਤੁਸੀਂ ਖੇਤੀਬਾੜੀ ਵੀ ਕਰਦੇ ਹੋ ਸਕਦੇ ਹੋ। ਪ੍ਰੋਫੈਸ਼ਨ ਕੋਈ ਵੀ ਮਾੜਾ ਨਹੀਂ ਹੁੰਦਾ, ਕਿਸੇ ਵੀ ਪ੍ਰੋਫੈਸ਼ਨ ਦੇ ਬੰਦੇ ਨੂੰ ਵੀਜ਼ਾ ਮਿਲ ਸਕਦਾ ਹੈਗਾ, ਬਸ਼ਰਤੇ ਉਹਦੇ ਉਸਦੀ ਪ੍ਰੋਫਾਈਲ ਦੇ ਮੁਤਾਬਕ ਪੇਪਰ ਜਿਹੜੇ ਉਹ ਪੂਰੇ ਹੋਣ। ਪੇਪਰ ਕਿਵੇਂ ਪੂਰੇ ਹੁੰਦੇ ਨੇ? ਜਾਂ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਤੁਹਾਡਾ ਜਿਹੜਾ ਵੀ ਕੰਮਕਾਰ ਹੈ ਉਹ ਕਾਗਜ਼ਾਂ 'ਤੇ ਹੋਵੇ। ਕਈ ਵਾਰੀ ਦੇਖਣ 'ਚ ਕੀ ਆਉਂਦਾ ਕਿ ਆਪਣੇ ਕੋਲ ਹੁੰਦਾ ਸਾਰਾ ਕੁਛ ਹੈ, ਆਪਾਂ ਕਮਾਈ ਵੀ ਵਧੀਆ ਕਰਦੇ ਹੁੰਦੇ, ਸਾਡੇ ਫੰਡ ਵੀ ਅੱਛੇ ਹੁੰਦੇ ਆ, ਪਰ ਇਹ ਸਾਰਾ ਕੁਛ ਆਪਾਂ ਪੇਪਰਾਂ 'ਤੇ ਨਹੀਂ ਦਿਖਾਉਂਦੇ, ਇਸ ਕਰਕੇ ਆਪਾਂ ਕਿਤੇ ਨਾ ਕਿਤੇ ਮਾਰ ਖਾ ਜਾਂਦੇ ਹੈ। ਸੋ ਜਿਸ ਤਰ੍ਹਾਂ ਦੀ ਤੁਹਾਡੀ ਪ੍ਰੋਫਾਈਲ ਹੈ, ਜਿਸ ਤਰ੍ਹਾਂ ਦੀ ਤੁਹਾਡੀ ਕੈਟਾਗਰੀ ਹੈ, ਉਹਦੇ ਮੁਤਾਬਕ ਤੁਹਾਡੇ ਪੇਪਰ ਜਿਹੜੇ ਨੇ ਉਹ ਤਰਦੀਬ ਵਾਰ ਕਾਗਜ਼ਾਂ 'ਤੇ ਹੋਣੇ ਚਾਹੀਦੇ ਨੇ। ਫਰਜ਼ ਕਰੋ ਤੁਸੀਂ ਜੋਬ ਕਰਦੇ ਹੋ, ਸਭ ਤੋਂ ਪਹਿਲਾਂ ਹੁੰਦਾ ਕਿ ਜੋਬ ਦਾ ਤੁਹਾਡੇ ਕੋਲ ਕੋਈ ਪਰੂਫ ਹੋਵੇ, ਕੋਈ ਜੁਆਇਨਿੰਗ ਲੈਟਰ ਹੋਵੇ, ਜੋਬ ਲੈਟਰ ਹੋਵੇ, ਕੋਈ ਆਫਰ ਲੈਟਰ ਹੋਵੇ, ਜਾਂ ਤੁਹਾਡੇ ਕੋਲ ਜੇ ਤੁਸੀਂ ਆਊਟ ਆਫ ਕੰਟਰੀ ਕੰਮ ਕਰ ਰਹੇ ਹੋ ਵਰਕ ਕੰਟਰੈਕਟ ਹੋਵੇ, ਜਿਸ ਤੋਂ ਇਹ ਚੀਜ਼ ਸਾਬਤ ਹੋਵੇ ਕਿ ਤੁਸੀਂ ਕੰਮ ਕਰ ਰਹੇ ਹੋ। ਦੂਜਾ, ਕੰਮ ਤੋਂ ਹੋਣ ਲਈ ਇਨਕਮ ਤੁਹਾਡੇ ਅਕਾਊਂਟ ਦੇ ਵਿੱਚ ਆਉਂਦੀ ਹੋਵੇ। ਜਵਾਨੀ ਕਲਾਮੀ ਗੱਲਾਂ ਅੰਬੈਸੀ ਨਹੀਂ ਮੰਨਦੀ। ਆਪਾਂ ਕਈ ਵਾਰੀ ਕਹਿ ਦਿੰਦੇ ਹਾਂ ਜਾਂ ਮੇਰਾ ਆਫਰ ਲੈਟਰ ਹੈ ਅਤੇ ਮੈਨੂੰ ਜਿਹੜੀ ਸੈਲਰੀ ਹੈ ਉਹ ਕੈਸ਼ ਦੇ ਵਿੱਚ ਮਿਲਦੀ ਹੈ। ਕੈਸ਼ ਦੇ ਵਿੱਚ ਸੈਲਰੀ ਮਜਬੂਰੀ ਬਸ ਮਿਲਦੀ ਹੈ, ਵੱਖਰੀ ਚੀਜ਼ ਹੈ। ਅਦਰਵਾਈਜ਼ ਕੋਸ਼ਿਸ਼ ਕਰੋ ਕਿ ਤੁਸੀਂ ਜਿਹੜੀ ਸੈਲਰੀ ਹੈ ਅਕਾਊਂਟ ਦੇ ਵਿੱਚ ਲਵੋ। ਫਿਰ ਤੁਸੀਂ ਲੀਵ ਜ਼ਰੂਰ ਲਵੋ ਕੰਪਨੀ ਤੋਂ, ਜਦੋਂ ਜਾਣ ਤੋਂ ਅੰਬੈਸੀ ਤੁਸੀਂ ਆਪਦੀ ਫਾਈਲ ਲਾਣੀ ਹੈ, ਉਸ ਤੋਂ ਪਹਿਲਾਂ ਇੱਕ ਲੀਵ ਲੈਟਰ ਜ਼ਰੂਰ ਲਵੋ। ਔਰ ਤੁਹਾਡੀ ਜਿਹੜੀ ਬੈਂਕ ਸਟੇਟਮੈਂਟ ਬਹੁਤ ਵਧੀਆ ਹੋਵੇ, ਫੰਡ ਤੁਹਾਡੇ ਮੇਨਟੇਨ ਕੀਤੇ ਹੋਏ ਹੋਣ। ਜੇ ਖੇਤੀਬਾੜੀ ਕਰਦੇ ਹੋ ਤਾਂ ਜ਼ਮੀਨ ਦੀ ਫਰਜ਼ ਜ਼ਰੂਰ ਹੋਵੇ, ਵੈਲੂਏਸ਼ਨ ਹੋਵੇ। ਜੇ ਫਾਰਮ ਹੋਣ, ਜੇ ਫਾਰਮਾਂ ਤੋਂ ਜਿਹੜੀ ਪੇਮੈਂਟ ਹੈ ਤੁਹਾਡੇ ਅਕਾਊਂਟ ਦੇ ਵਿੱਚ ਆਉਂਦੀ ਹੋਵੇ। ਜੇ ਬਿਜ਼ਨਸ ਕਰਦੇ ਹੋ, ਬਿਜ਼ਨਸ ਰਜਿਸਟਰਡ ਹੋਵੇ, ITR ਪ੍ਰੋਪਰ ਭਰੀਆਂ ਹੋਣ। ਜੇ ਤੁਸੀਂ ਅਫੋਰਡ ਕਰਦੇ ਹੋ ਤਾਂ ਇੱਕ ਵੈਬਸਾਈਟ ਜਾਂ ਤੁਹਾਡਾ ਕੋਈ ਸੋਸ਼ਲ ਮੀਡੀਆ 'ਤੇ ਕਿਤੇ ਨਾ ਕਿਤੇ ਲਿੰਕ ਜ਼ਰੂਰ ਹੋਵੇ, ਭਾਵੇਂ ਫੇਸਬੁੱਕ ਪੇਜ ਹੋਵੇ ਤੁਹਾਡੇ ਬਿਜ਼ਨਸ ਦਾ, ਜਾਂ ਤੁਹਾਡਾ ਇੰਸਟਾ ਹੋਵੇ, ਕੋਈ ਵੀ ਤੁਹਾਡਾ ਅੱਜ ਕੱਲ੍ਹ ਬਹੁਤ ਸੋਸ਼ਲ ਮੀਡੀਆ ਪਲੇਟਫਾਰਮ ਨੇ, ਯਾਨੀ ਕਿ ਤੁਸੀਂ ਕਿਤੇ ਨਾ ਕਿਤੇ ਔਨਲਾਈਨ ਬੋਲਦੇ ਹੋਵੋ, ਕਿਉਂਕਿ ਅੰਬੈਸੀ ਦਾ ਚੈੱਕ ਕਰਨ ਦਾ ਤਰੀਕਾ ਹੁੰਦਾ ਹੈ, ਜਾਂ ਫਿਜ਼ੀਕਲੀ ਵੈਰੀਫਿਕੇਸ਼ਨ ਹੁੰਦੀ ਹੈ, ਜਾਂ ਫੋਨ 'ਤੇ ਵੈਰੀਫਿਕੇਸ਼ਨ ਹੁੰਦੀ ਹੈ, ਜਾਂ ਸੋਸ਼ਲ ਮੀਡੀਆ 'ਤੇ, ਯਾਨੀ ਕਿ ਇੰਟਰਨੈੱਟ 'ਤੇ ਅੰਬੈਸੀ ਲੱਭਦੀ ਹੈ ਕਿ ਤੁਹਾਡਾ ਕੋਈ ਬਿਜ਼ਨਸ ਹੈ ਉਹ ਕਿਤੇ ਬੋਲਦਾ ਜਾਂ ਨਹੀਂ ਬੋਲਦਾ ਹੈਗਾ। ਤੀਜਾ ਹੈਗਾ ਦੋਸਤੋ, ਜਿਹੜਾ ਹੁਣ ਇੱਕ ਬਿਜ਼ਨਸ ਦੇ ਵਿੱਚ ਇੱਕ ਚੀਜ਼ ਹੋਰ ਆ ਕੇ ਆਪਾਂ ਨੂੰ ਤੰਗ ਕਰਦੀ ਹੈ ਕਿ ਮੇਰਾ ਕਰੰਟ ਅਕਾਊਂਟ ਹੋਵੇ ਜਾਂ ਨਾ ਹੋਵੇ। ਕਰੰਟ ਅਕਾਊਂਟ ਜੇਕਰ ਤੁਹਾਡੀ ਜਿਹੜੀ ਟਰਨਓਵਰ ਹੈ 20 ਲੱਖ ਤੋਂ ਉੱਪਰ ਹੈ ਸਾਲ ਦੇ ਵਿੱਚ, ਤਾਂ ਤੁਸੀਂ ਕਰੰਟ ਅਕਾਊਂਟ ਦਿਖਾ ਸਕਦੇ ਹੋ। 20 ਲੱਖ ਤੋਂ ਥੱਲੇ ਵਾਲੇ ਲੋਕਾਂ ਨੂੰ ਕਰੰਟ ਅਕਾਊਂਟ ਦੀ ਕੋਈ ਜ਼ਰੂਰਤ ਨਹੀਂ ਹੁੰਦੀ। ਜਸਟ ਤੁਹਾਡਾ ਅਕਾਊਂਟ ਹੋਵੇ, ਅਕਾਊਂਟ ਦੇ ਵਿੱਚ ਐਂਟਰੀਜ਼ ਆਉਂਦੀਆਂ ਹੋਣ ਤੁਹਾਡੀਆਂ, ਬਟ ਇਹ ਜ਼ਰੂਰੀ ਨਹੀਂ ਕਿ ਤੁਹਾਡਾ ਕਰੰਟ ਅਕਾਊਂਟ ਹੋਵੇ। ਕਈ ਲੋਕ ਪੁੱਛਦੇ ਨੇ ਕਿ GST ਜ਼ਰੂਰੀ ਹੈ ਜੀ? GST ਵੀ ਜੇ ਤੁਹਾਡੀ ਟਰਨਓਵਰ ਬਹੁਤ ਜ਼ਿਆਦਾ
ਔਰ ਜੈਨੂਇਨ ਤਰੀਕੇ ਨਾਲ ਤੁਹਾਡਾ ਬਿਜ਼ਨਸ ਹੈ ਤਾਂ ਹੀ ਜੀ ਐਸ ਟੀ ਦੂਰ ਹੈ। ਅਦਰਵਾਈਜ਼ ਤੁਸੀਂ ਆਈ ਟੀ ਆਰ ਲਾ ਦਿਓ, ਰਜਿਸਟ੍ਰੇਸ਼ਨ ਲਾ ਦਿਓ ਔਰ ਸਟੇਟਮੈਂਟ ਲਾ ਦਿਓ, ਕੰਮ ਜਿਹੜਾ ਹੈਗਾ ਉਹ ਚੱਲ ਜਾਂਦਾ ਹੈਗਾ। ਇਸੇ ਤਰ੍ਹਾਂ ਹੀ ਜਿਹੜੇ ਮੇਰੇ ਦੋਸਤ ਆਊਟ ਆਫ ਕੰਟਰੀ ਕੰਮ ਕਰਦੇ ਹੈਗੇ ਨੇ, ਠੀਕ ਹੈ, ਉਹ ਆਪਣਾ ਵਰਕ ਕੰਟਰੈਕਟ ਲਾ ਸਕਦੇ ਨੇ, ਜਿਹੜੇ ਅਕਾਊਂਟ ਸੈਲਰੀ ਆਉਂਦੀ ਉਹਦੀ ਸਟੇਟਮੈਂਟ ਲਾ ਸਕਦੇ ਨੇ। ਲੀਵ ਲੈਟਰ ਕਮ ਐਨ ਓ ਸੀ, ਐਨ ਓ ਸੀ 'ਤੇ ਆ ਕੇ ਵੀ ਕਈ ਵਾਰੀ ਗੱਲ ਅੜ ਜਾਂਦੀ ਹੈ। ਐਨ ਓ ਸੀ ਦਾ ਕੀ ਹੈ, ਕਈ ਕੰਪਨੀਆਂ ਐਨ ਓ ਸੀ ਨਹੀਂ ਦਿੰਦੀਆਂ। ਐਨ ਓ ਸੀ ਕਰਕੇ ਤੁਹਾਡਾ ਵੀਜ਼ਾ ਰਿਜੈਕਟ ਨਹੀਂ ਹੁੰਦਾ, ਇਹ ਕਦੇ ਨਹੀਂ ਹੁੰਦਾ ਕਿ ਐਨ ਓ ਸੀ ਕਰਕੇ ਤੁਹਾਡਾ ਵੀਜ਼ਾ ਰਿਜੈਕਟ ਹੋ ਜੇ। ਲੀਵ ਲੈਟਰ ਲੈ ਦਿਓ, ਜੇ ਲੀਵ ਲੈਟਰ ਨਹੀਂ ਵੀ ਲਾਉਣਾ ਤਦ ਵੀ ਐਸ ਓ ਪੀ ਦੇ ਵਿੱਚ ਮੈਨਸ਼ਨ ਕੀਤਾ ਜਾ ਸਕਦਾ ਕਿ ਜਦੋਂ ਮੈਨੂੰ ਵੀਜ਼ਾ ਗ੍ਰਾਂਟ ਹੋਏਗਾ ਮੈਂ ਲੀਵ ਜਿਹੜੀ ਹੈਗੀ ਹੈ ਉਹ ਲੈ ਸਕਦਾ ਹੈਗਾ। ਸੋ ਦੋਸਤੋ, ਇਸ ਤਰ੍ਹਾਂ ਕਰਕੇ ਤੁਸੀਂ ਆਪਦੀ ਜਿਹੜੀ ਓਵਰਆਲ ਪ੍ਰੋਫਾਈਲ ਹੈਗੀ ਹੈ ਉਹਨੂੰ ਮੈਨੇਜ ਕਰ ਸਕਦੇ ਹੋ ਔਰ ਆਪਦੀ ਜਿਹੜੀ ਵੀਜ਼ਾ ਹੈਗਾ ਉਹ ਲੈ ਸਕਦੇ ਹੋ। ਵੀਜ਼ਾ ਹਮੇਸ਼ਾ ਤੁਹਾਡੀ ਪ੍ਰੋਫਾਈਲ 'ਤੇ ਡਿਪੈਂਡ ਕਰਦਾ ਹੈ, ਜੇ ਪ੍ਰੋਫਾਈਲ ਅੱਛੀ ਹੈ ਤਾਂ ਵੀਜ਼ਾ ਮਿਲ ਜਾਂਦਾ ਹੈ। ਸੋ ਜਿਵੇਂ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਕਿਹਾ ਸੀ ਕਿ ਜੇ ਤੁਸੀਂ ਵੀ ਇਹ ਕੰਮ ਕਰਦੇ ਹੋ ਤਾਂ 100% ਵੀਜ਼ਾ ਮਿਲ ਜਾਂਦਾ, ਉਹ ਕੰਮ ਕਿਹੜਾ ਹੈ, ਤੁਹਾਡੀ ਪ੍ਰੋਫਾਈਲ, ਕੰਮ ਕਰੋ ਆਪਦੀ ਬੈਂਕ ਸਟੇਟਮੈਂਟ ਨੂੰ ਬਣਾਉਣ ਦਾ, ਕੰਮ ਕਰੋ ਆਪਦੀ ਪ੍ਰੋਫਾਈਲ ਨੂੰ ਬਣਾਉਣ ਦਾ, ਕੰਮ ਕਰੋ ਆਪਦੀ ਜਿਹੜੀ ਜੇ ਬਿਜ਼ਨਸ ਹੈ ਬਿਜ਼ਨਸ ਰਜਿਸਟਰ ਕਰਾਉਣ ਦਾ ਅਤੇ ਬਿਜ਼ਨਸ ਨੂੰ ਔਨਲਾਈਨ ਦਿਖਾਉਣ ਦਾ, ਕੰਮ ਕਰੋ ਜੇ ਸੈਲਰੀ ਹੈਗੇ ਹੋ ਤੁਸੀਂ ਜੋਬ ਕਰਦੇ ਹੋ ਆਪਦੀ ਸੈਲਰੀ ਨੂੰ ਅਕਾਊਂਟ ਦੇ ਵਿੱਚ ਪਵਾਉਣ ਦਾ, ਜੇ ਖੇਤੀਬਾੜੀ ਕਰਦੇ ਹੋ ਤਾਂ ਕੰਮ ਕਰੋ ਜੇ ਫਾਰਮ ਲੈਣ ਦਾ, ਠੀਕ ਹੈ। ਸੋ ਜੇ ਤੁਸੀਂ ਇਹ ਕੰਮ ਕਰਦੇ ਹੋ, ਇਹ ਕੰਮਾਂ ਦਾ ਧਿਆਨ ਰੱਖਦੇ ਹੋ, ਮੇਰਾ ਇਹ ਯਕੀਨ ਹੈ ਕਿ ਕੋਈ ਵੀ ਬੰਦਾ ਵੀਜ਼ਾ ਲੈ ਸਕਦਾ, ਕਿਉਂਕਿ ਵੀਜ਼ਾ ਜਿਹੜੇ ਨੇ ਉਹ ਬੰਦਿਆਂ ਦੇ ਹੀ ਲੱਗਦੇ ਨੇ ਅਤੇ ਬੰਦੇ ਹੀ ਵੀਜ਼ਾ ਗ੍ਰਾਂਟ ਕਰਦੇ ਨੇ। ਸੋ ਇਸ ਕਰਕੇ ਇਹ ਸੋਚਣਾ ਕਿ ਮੈਂ ਵੀਜ਼ਾ ਨਹੀਂ ਲੈ ਸਕਦਾ, ਕੋਈ ਵੀ ਬੰਦਾ ਜਿਹੜਾ ਹੈਗਾ ਉਹ ਵੀਜ਼ਾ ਲੈ ਸਕਦਾ। ਸਾਡੀ ਕੰਪਨੀ ਦੋਸਤੋ ਖਾਸ ਕਰਕੇ ਤੁਹਾਨੂੰ ਇਹਨਾਂ ਚੀਜ਼ਾਂ ਬਾਰੇ ਗਾਈਡ ਕਰਦੀ ਹੈਗੀ ਹੈ। ਤੁਹਾਨੂੰ ਪ੍ਰੋਫਾਈਲ ਬਣਾਉਣ ਦੇ ਵਿੱਚ ਕਿਤੇ ਵੀ ਦਿੱਕਤ ਆਉਂਦੀ ਹੈਗੀ ਹੈ, ਤੁਹਾਨੂੰ ਕੋਈ ਗੱਲ ਸਮਝ ਨਹੀਂ ਆਉਂਦੀ ਹੈਗੀ ਹੈ, ਤੁਸੀਂ ਸਾਨੂੰ ਫ੍ਰੀ ਆਫ ਕੋਸਟ ਕਾਲ ਲਗਾ ਕੇ ਪੁੱਛ ਸਕਦੇ ਹੋ ਕਿ ਮੈਂ ਆਪਣੀ ਜਿਹੜੀ ਪ੍ਰੋਫਾਈਲ ਕਿਵੇਂ ਤਿਆਰ ਕਰਾਂ ਔਰ ਮੈਂ ਕਿਸ ਤਰ੍ਹਾਂ ਦੇ ਪੇਪਰ ਬਣਾਵਾਂ ਤਾਂ ਕਿ ਮੈਨੂੰ ਵੀਜ਼ਾ ਜਿਹੜਾ ਮਿਲ ਸਕੇ। ਦੋਸਤੋ, ਕੰਮ ਤਾਂ ਅਸੀਂ ਬਹੁਤ ਬਾਅਦ ਦੇ ਵਿੱਚ ਸ਼ੁਰੂ ਕੀਤਾ ਸੀ, ਸਟਾਰਟਿੰਗ ਤੋਂ ਹੀ ਤੁਹਾਨੂੰ ਗਾਈਡ ਕਰਨਾ ਸ਼ੁਰੂ ਕੀਤਾ ਹੈਗਾ ਕਿ ਤੁਸੀਂ ਆਪਦੇ ਕਿਹਨਾਂ ਪੇਪਰਾਂ ਦੇ ਨਾਲ ਵੀਜ਼ਾ ਲੈ ਸਕਦੇ ਹੋ, ਕਿਸ ਤਰ੍ਹਾਂ ਆਪਦੀ ਪ੍ਰੋਫਾਈਲ ਬਣਾ ਸਕਦੇ ਹੋ। ਸੋ ਬਿਨਾਂ ਕਿਸੇ ਟੈਨਸ਼ਨ ਤੋਂ, ਬਿਨਾਂ ਕਿਸੇ ਹਿਚਕਚਾਹਟ ਤੋਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਨੂੰ ਦੱਸਣ ਲਈ ਤਿਆਰ ਹੈ ਤੁਹਾਡੀ ਜਿਹੜੀ ਪ੍ਰੋਫਾਈਲ ਹੈ ਉਹਦੇ ਮੁਤਾਬਕ ਤੁਸੀਂ ਕਿਹੜੇ ਕਿਹੜੇ ਪੇਪਰ ਜਿਹੜੇ ਉਹ ਤਿਆਰ ਕਰਨੇ ਨੇ ਔਰ ਸਾਰਾ ਕੁਛ ਓਰੀਜਨਲ ਹੋਣਾ ਚਾਹੀਦਾ। ਵੀਜ਼ਾ ਵਾਸਤੇ ਕਦੇ ਵੀ ਕੋਈ ਫੇਕ ਪੇਪਰ ਨਹੀਂ ਲਾਉਣਾ ਚਾਹੀਦਾ, ਕਿਸੇ ਗਲਤ ਪੇਪਰ ਦਾ ਸਹਾਰਾ ਜਿਹੜਾ ਹੈਗਾ ਉਹ ਨਹੀਂ ਲੈਣਾ ਚਾਹੀਦਾ। ਸੋ ਉਮੀਦ ਕਰਦਾ ਕਿ ਮੇਰੇ ਦੁਆਰਾ ਦਿੱਤੀ ਹੋਈ ਜਾਣਕਾਰੀ ਤੋਂ ਤੁਸੀਂ ਸੰਤੁਸ਼ਟ ਹੋਵੋਗੇ। ਹੋਰ ਵਧੇਰੇ ਜਾਣਕਾਰੀ ਲੈਣ ਲਈ ਤੁਸੀਂ ਸਕਰੀਨ ਦੇ ਉੱਤੇ ਨੰਬਰਾਂ 'ਤੇ ਕਾਲ ਕਰ ਸਕਦੇ ਹੋ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।